ਲੰਮੇ ਸਮੇਂ ਤੋਂ ਇਹ ਪ੍ਰਥਾ ਚੱਲਦੀ ਆ ਰਹੀ ਹੈ ਕਿ ਬੰਦੀ ਛੋੜ ਦਿਹਾੜੇ ਤੋਂ ਬਾਅਦ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਮੁਹੱਲਾ ਮਨਾਇਆ ਜਾਂਦਾ। ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਗਵਾਲੀਅਰ ਦੇ ਕਿਲੇ 'ਚੋਂ 52 ਰਾਜਿਆਂ ਨੂੰ ਛੁਡਾ ਕੇ ਲਿਆਏ ਸਨ ਅਤੇ ਸ੍ਰੀ ਅੰਮ੍ਰਿਤਸਰ ਸਾਹਿਬ ਪਹੁੰਚੇ ਸਨ, ਜਿਸ ਤੋਂ ਬਾਅਦ ਬੰਦੀ ਛੋੜ ਦਿਹਾੜਾ ਮਨਾਇਆ ਜਾਂਦਾ। ਇਸ ਮੌਕੇ ਬੰਦੀ ਛੋੜ ਦਿਹਾੜੇ ਤੋਂ ਅਗਲੇ ਦਿਨ ਨਿਹੰਗ ਸਿੰਘਾਂ ਵੱਲੋਂ ਆਪਣੀ ਬਹਾਦਰੀ ਦੇ ਜੌਹਰ ਦਿਖਾਉਣ ਲਈ ਮੁਹੱਲਾ ਕੱਢਿਆ ਜਾਂਦਾ। अच्छा
ਨਵਪ੍ਰੀਤ ਸਿੰਘ ਜੀ ਅੰਮ੍ਰਿਤਸਰ ਦੇ ਰਹਿਣ ਵਾਲੇ ਹਾਂ। ਅਸੀਂ ਇਹ ਮਹੱਲਾ ਦੇਖਣ ਆਏ ਹਾਂ। ਹਰ ਸਾਲ ਦੀਵਾਲੀ ਤੋਂ ਅਗਲੇ ਦਿਨ ਇਹ ਮਹੱਲਾ ਸਜਾਇਆ ਜਾਂਦਾ। ਬਹੁਤ ਵਧੀਆ, ਇਹਦੇ ਵਿੱਚ ਦੂਰੋਂ ਦੂਰੋਂ ਸੰਗਤਾਂ ਦੇਖਣ ਵਾਸਤੇ, ਬਾਬਾ ਬੁੱਢਾ ਦਲ, ਤਰਨਾ ਦਲ, ਬਾਬਾ ਵਿਧੀ ਚੰਦ, ਹੋਰ ਵੀ ਕਾਫੀ ਸੰਸਥਾਵਾਂ ਇਸ ਵਿੱਚ ਭਾਗ ਲੈ ਰਹੀਆਂ। ਬਹੁਤ ਵਧੀਆ, ਘੋੜ ਸਵਾਰ, ਹਾਥੀ ਆਪੋ ਆਪਣਾ ਵੱਖਰਾ ਵੱਖਰਾ ਪ੍ਰਦਰਸ਼ਨ ਕਰ ਰਹੀਆਂ, ਸੰਗਤਾਂ ਦੇਖ ਰਹੀਆਂ ਅਤੇ ਆਨੰਦ ਲੈ ਰਹੀਆਂ ਇਸ ਚੀਜ਼ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਲੋਕਲੀ ਹਾਂ ਭਾਜੀ, ਮੇਰਾ ਨਾਮ ਮਨਮੀਤ ਸਿੰਘ ਹੈ ਜੀ। ਹਾਂਜੀ, ਬਹੁਤ ਵਧੀਆ ਲੱਗਾ ਜੀ। ਅੱਗੇ ਅਸੀਂ ਹਰ ਸਾਲ ਆਨੰਦਪੁਰ ਸਾਹਿਬ ਵੇਖਦੇ ਹਾਂ, ਅੱਜ ਅਸੀਂ ਇੱਥੇ ਹੀ ਵੇਖਿਆ, ਬਹੁਤ ਪ੍ਰਸੰਨਤਾ ਹੋਈ ਆ। ਅਤੇ ਬਾਕੀ ਆਪਣੇ ਕਲਚਰ ਨਾਲ ਜੁੜੇ ਲੋਕ ਨੂੰ ਪਤਾ ਹੋਣਾ ਚਾਹੀਦਾ ਕਿ ਸਾਡਾ ਕਲਚਰ ਕੀ ਹੈ। ਦੀਵਾਲੀ ਤੋਂ ਬਾਅਦ ਅਗਲੇ ਦਿਨ ਮੈਨੂੰ ਨਹੀਂ ਲੱਗਦਾ ਕਿਸੇ ਨੂੰ ਪਤਾ ਵੀ ਹੋਊਗਾ ਕਿ ਇੱਥੇ ਇਹ ਚੀਜ਼ਾਂ ਵੀ ਹੁੰਦੀਆਂ ਹੈ, ਘੋੜ ਸਵਾਰੀ ਹੁੰਦੀ ਹੈ, ਸ਼ਸਤਰ ਵਿੱਦਿਆ ਹੁੰਦੀ ਆ। ਸਾਰਾ ਵਧੀਆ ਲੱਗਦਾ ਵੇਖ ਕੇ ਕਿ ਸਾਡੇ ਪੁਰਾਤਨ ਸਿੰਘ ਕਿੱਦਾਂ ਸੀ, ਕੀ ਕਰਦੇ ਸੀਗੇ। ਸੋ ਵਧੀਆ ਹੋਣਾ ਚਾਹੀਦਾ ਵਾ, ਅਤੇ ਵੱਧ ਤੋਂ ਵੱਧ ਸੰਗਤ ਨੂੰ ਵੇਖਣਾ ਚਾਹੀਦਾ ਆ ਆ ਕੇ ਕਿ ਜੋ ਇਹ ਕਰਤੱਵ ਹੁੰਦਾ ਇੱਥੇ। ਪ੍ਰੀਤਮ ਸਿੰਘ ਨਾਂ ਜੀ ਆਪਣਾ, ਵਾਹਿਗੁਰੂ। ਇਹ ਹੋਲਾ ਵੇਖਣਾ ਹੈ ਜੀ, ਇਹ ਹਰ ਸਾਲ ਹੋਲਾ ਲੱਗਦਾ ਜੀ ਦੀਵਾਲੀ ਤੋਂ ਅਗਲੇ ਦਿਨ। ਇਹ ਮਹਾਰਾਜ ਖਾਲਸਾ ਜੀ ਪਰੰਪਰਾ ਅਨੁਸਾਰ ਇਹ ਪੁਰਾਤਨ ਚੱਲਿਆ ਆ ਰਿਹਾ ਪ੍ਰੋਗਰਾਮ, ਹਰ ਸਾਲ ਇੱਥੇ ਹੁੰਦਾ। ਮੇਰੀ ਇਹੀ ਬੇਨਤੀ ਆ ਗੁਰੂ ਪਿਆਰੀ ਸਾਹਿਬ ਸਿੰਘ ਜੀ, ਸਮੂਹ ਖਾਲਸਾ ਪੰਥ ਨੂੰ, ਹੋਰ ਵੀ ਕੋਈ ਧਰਮ ਦੇ ਆ, ਇਹ ਆ ਕੇ ਆਪਣੇ ਬੱਚਿਆਂ ਨੂੰ ਇਸ ਵਿਰਸੇ ਬਾਰੇ ਜਾਣੂ ਕਰਵਾਉਣ, ਅਤੇ ਇਹ ਦੀਵਾਲੀ ਦੇ ਉੱਤੇ ਅਗਲੇ ਦਿਨ ਇਹ ਹੌਲਾ ਵੇਖ ਕੇ ਜਾਣ। ਕਿਉਂਕਿ ਇਹਦੇ ਦਰਸ਼ਨ ਕਰਨ ਦੇ ਨਾਲ ਇੱਕ ਤਾਂ ਸਾਨੂੰ ਪੁਰਾਤਨ ਯਾਦਾਂ ਕਾਇਮ ਰਹਿਣਗੀਆਂ, ਇੱਕ ਸਾਡੇ ਜਿਹੜੇ ਆਉਣ ਵਾਲੇ ਬੱਚੇ ਜਿਹੜੇ ਆਪਣੇ ਵਿਰਸੇ ਨੂੰ ਬਿਲਕੁਲ ਭੁੱਲ ਚੁੱਕੇ ਆ, ਉਹਨਾਂ ਨੂੰ ਇਹਦੇ ਬਾਰੇ ਕਾਫੀ ਨੌਲੇਜ ਮਿਲੂਗੀ ਵੀ ਸਾਡੇ ਸਿੰਘ ਵੇਖੋ ਛੋਟੇ ਛੋਟੇ ਭਜੰਗੀ ਘੋੜਿਆਂ 'ਤੇ ਚੜ੍ਹਦੇ ਆ, ਇਹ ਸਿਰ ਧੜ ਦੀ ਬਾਜੀ ਲਾਉਣ ਵਾਲੀ ਗੱਲ ਆ। ਘੋੜ ਸਵਾਰ 6-6 ਵੇਖੋ ਘੋੜੇ ਦੇ ਉੱਪਰ ਜਾਂਦੇ ਆ, ਅਤੇ ਇਹ ਦੇਖਾਂਗੇ ਸਾਡੀ ਹੌਸਲਾ ਬਜਾਈ ਹੋਊਗੀ, ਖਾਲਸਾ ਪੰਥ ਦੀ ਚੜ੍ਹਦੀ ਕਲਾ ਹੋਊਗੀ। ਇੰਨੀ ਬੇਨਤੀ ਕਰਦੇ ਹਾਂ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।